ਇਹ ਤ੍ਰਿਕੋਣਾ ਕੀੜਾ ਤੁਰਦਾ ਵੀ ਹੈ। ਇੱਕ ਪੁਰਾਣੀ ਪਲਾਸਟਿਕ ਦੀ ਬੋਤਲ, ਪੁਰਾਣੀ ਬੈਟਰੀ, ਰਬੜ ਬੈਂਡ, ਧਾਗੇ ਆਦਿ ਨਾਲ ਇਸ ਨੂੰ ਬਣਾਓ। ਪਲਾਸਟਿਕ ਬੋਤਲ ਦਾ ਹੇਠਲਾ ਅੱਧਾ ਭਾਗ ਲਵੋ ਅਤੇ ਕਈ ਵਾਰੀ ਕੱਟ ਲਗਾਓ। ਇਹਨਾਂ ਨੂੰ ਖੋਲ੍ਹ ਕੇ ਬਾਹਰ ਨੂੰ ਮੋੜੋ ਅਤੇ ਮੱਕੜੀ ਦੀਆਂ ਲੱਤਾਂ ਦਾ ਆਕਾਰ ਦਿਓ। ਲੱਤਾਂ ਨੂੰ ਵਿਚਕਾਰ ਤੋਂ ਇੱਕ ਹੋਰ ਮੋੜ ਦੇ ਕੇ ਤਿਆਰ ਕਰੋ। ਇਸ ਨਾਲ ਬਹੁਤ ਲੱਤਾਂ ਵਾਲਾ ਜੀਵ ਤਿਆਰ ਹੋਏਗਾ ਅਤੇ ਬੜਾ ਹੀ ਵਧੀਆ ਲੱਗੇਗਾ। ਦੋ ਆਹਮੋ ਸਾਹਮਣੇ ਦੀਆਂ ਥਾਵਾਂ 'ਤੇ ਦੋ ਗਲੀਆਂ ਕਰੋ। ਇੱਕ ਰਬੜ ਬੈਂਡ ਨੂੰ ਵਰਤੀ ਹੋਈ ਬੈਟਰੀ ਉੱਪਰ ਲਗਾਓ। ਇੱਕ ਤਾਰ ਦੀ ਹੁੱਕ ਨਾਲ ਰਬੜ ਮੋਰੀ ਵਿੱਚ ਪਿਰੋ ਕੇ ਖਿੱਚੋ ਅਤੇ ਮਾਚਿਸ ਦੀ ਤੀਲੀ ਨਾਲ ਉਸ ਜਗ੍ਹਾ 'ਤੇ ਟਿਕਾਓ। ਮੱਕੜੀ ਨੂੰ ਰੰਗਦਾਰ ਟੇਪਾਂ ਨਾਲ ਸਜਾਓ, ਅੱਖਾਂ ਬਣਾਓ ਜਾਂ ਲਗਾਓ। ਹੁਣ ਬੈਟਰੀ ਇੱਕ ਦਿਸ਼ਾ ਵਿੱਚ ਘੁਮਾਓ ਅਤੇ ਛੱਡੋ। ਇਸ ਨਾਲ ਉਹ ਵਿਪਰੀਤ ਦਿਸ਼ਾ ਵਿੱਚ ਘੁੰਮੇਗੀ। ਬੈਟਰੀ 'ਤੇ ਇੱਕ ਧਾਗਾ ਬੰਨੋ ਅਤੇ ਇੱਕ ਗਲੀ 'ਚ ਖਿੱਚੋ ਜੋ ਕਿ ਬੋਤਲ ਦੇ ਆਧਾਰ 'ਤੇ ਹੋਵੇ। ਖਿੱਚਣ ਅਤੇ ਛੱਡਣ ਨਾਲ ਰਬੜ ਬੈਂਡ ਬਾਰ ਬਾਰ ਲਪੇਟੇਗਾ, ਖੁੱਲ੍ਹੇਗਾ। ਇਸ ਨਾਲ ਮੱਕੜੀ ਅਗਾਂਹ ਵੱਲ ਧੱਕੇ ਜਾਏਗੀ। ਜਿਸ ਨੂੰ ਜ਼ਮੀਨ 'ਤੇ ਰੱਖੋ, ਧਾਗਾ ਖਿੱਚਦੇ ਅਤੇ ਛੱਡਦੇ ਰਹੋ। ਇਹ ਡਰਾਉਣਾ ਤੁਰਦਾ ਖਿਡੌਣਾ ਤਿਆਰ ਹੈ ਅਤੇ ਬਹੁਤ ਖੂਬਸੂਰਤ ਲੱਗਦਾ ਹੈ।